ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਵਨ ਸਿੰਘ ਅੱਜ ਮਾਈ ਟੀਵੀ ਦੇ ਸਟੂਡੀਓ ਤੋਂ ਅੱਜ ਦਾ ਮਾਈ ਸ਼ੋ ਮਾਈ ਲਾਈਫ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ। ਦੇਖਣ ਵਾਲੇ ਅਤੇ ਸੁਣਨ ਵਾਲੇ ਸਰੋਤਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਸਵਾਗਤ ਹੈ। ਔਰ ਸਾਡੇ ਨਾਲ ਅੱਜ ਫਿਰ ਤੋਂ ਇੱਕ ਵਾਰੀ ਹਾਜ਼ਰ ਨੇ ਸਰਦਾਰ ਅਗਰਪਾਲ ਸਿੰਘ ਜੀ ਬਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ, ਵੈਲਕਮ ਟੂ ਦ ਸਟੂਡੀਓ, ਵੈਲਕਮ ਟੂ ਦ ਸ਼ੋਅ। ਥੈਂਕ ਯੂ ਵੈਰੀ ਮੱਚ ਪਵਨ ਜੀ। ਐਂਡ ਟੁਡੇ ਵੀ ਡਿਸਕਸਿੰਗ ਇਲੈਕਸ਼ਨਸ ਐਂਡ ਪੋਲਿਟਿਕਸ, ਵਾਈ ਇਟ ਇਜ਼ ਇੰਪੋਰਟੈਂਟ ਫਾਰ ਸਿੱਖਸ ਬੀਇੰਗ ਮਾਈਨੋਰਿਟੀਜ਼, ਬਿਕੋਜ਼ ਨੋ ਮੈਟਰ ਵਟ ਕੰਟਰੀ ਵੀ ਲਿਵ ਇਨ, ਵੀ ਆਰ ਦ ਮਾਈਨੋਰਿਟੀ ਐਵਰੀਵੇਅਰ ਆਲ ਅਰਾਊਂਡ ਦ ਗਲੋਬ। ਸੋ ਵਾਈ ਇਟ ਇਜ਼ ਇੰਪੋਰਟੈਂਟ ਫਾਰ ਸਮਵਨ ਲਾਈਕ ਅਸ to be involved in the political process regardless of the country or our political affiliation. So I would like you to go ahead and ask you, what is your take on politics? Do you think it is important? Do you think it plays a vital role in the lives of everyday Sikhs? Pawan ji, pehla viewers to main jaas tehlma, I like to go back and forth in Punjabi and English, if that is sure exactly. I think that's what we should be doing. Exactly. So, ਸਭ ਤੋਂ ਪਹਿਲਾਂ ਫਿਰ ਇੱਕ ਵਾਰੀ ਸਾਰੇ ਵਿਊਜ਼ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਅਗਿਆਪਾਲ ਸਿੰਘ ਬਾਠ। ਜਦੋਂ ਵੈਨ ਵੀ ਬਿਲੋਂਗ ਟੂ ਅ ਮਾਈਨੋਰਿਟੀ, ਰਾਈਟ, ਦੀ ਸੈਡ ਪਾਰਟ ਇਜ਼ ਯੂ ਗੋਟ ਫਾਈਟ ਫੋਰ ਯੂਰ ਰਾਈਟਸ, ਯੂ ਗੋਟ ਸਟੈਂਡ ਆਊਟ, ਯੂ ਗੋਟ ਵਰਕ ਹਾਰਡ। ਰਾਈਟ, ਤੁਹਾਨੂੰ ਮੁਸ਼ਕਤ ਬਹੁਤ ਕਰਨੀ ਪੈਂਦੀ ਹੈ ਆਪਣੀ ਪਹਿਚਾਣ ਬਣਾਉਣ ਦੇ ਲਈ। ਦੁਨੀਆ ਜਿੱਥੇ ਵੀ ਤੁਸੀਂ ਬੈਠੇ ਹੋ, ਜਿੱਥੇ ਤੁਹਾਡਾ ਕਰੈਕਟਰ ਨੂੰ ਤੁਹਾਨੂੰ ਬਹੁਤ ਉੱਪਰ ਚੱਕਣਾ ਪੈਂਦਾ, ਹਾਂਜੀ, ਉੱਥੇ ਨਾਲ ਜਿਹੜੇ ਦੇਸ਼ ਤੁਸੀਂ ਵੱਸਦੇ ਹੋ ਉੱਥੇ ਹੋਰ ਬੜੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਨੇ। ਸੋ ਆਈ ਫੀਲ ਕਿ ਵੇਰ ਐਵਰ ਦ ਸਿੱਖ ਰਿਜ਼ਾਈਡਸ, ਦੇ ਮਸਟ ਅਡੋਪਟ ਦੈਟ ਕਲਚਰ ਟੂ ਦ ਪੁਆਇੰਟ, ਦ ਪੋਲੀਟੀਕਲ ਕਲਚਰ ਆਈ ਐਮ ਟਾਕਿੰਗ ਅਬਾਊਟ, ਐਂਡ ਦੇ ਮਸਟ ਪਾਰਟੀਸਪੇਟ, ਫੁੱਲੀ ਪਾਰਟੀਸਪੇਟ ਇਨ ਇਟ। ਪਹਿਲਾ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਉਸ ਸਿਸਟਮ ਤੋਂ ਇੰਨੇ ਅਵੇਅਰ ਨਹੀਂ ਹੁੰਦੇ। ਹਾਂਜੀ, ਵੀ ਜਸਟ ਡੋਂਟ ਗਿਵ ਇਟ ਗਿਵ ਦ ਡਿਊ ਇੰਪੋਰਟੈਂਸ ਟੂ ਦੈਟ ਪ੍ਰੋਸੈਸ। ਸੋ ਸਿੱਖ ਦੇ ਲਈ ਜ਼ਰੂਰੀ ਹੈ ਜੀ, ਪੋਲੀਟੀਕਲ ਆਵਾਜ਼ ਇੱਕ ਐਸਾ ਵੈਪਨ ਹੈ ਜਿਹੜਾ ਤੁਸੀਂ ਸ਼ਾਂਤਮਈ ਤਰੀਕੇ ਨਾਲ ਲੜ ਕੇ ਆਪਣੇ ਹੱਕ ਬਰਾਬਰ ਕਰ ਸਕਦਾ। ਆਈ ਥਿੰਕ ਦੈਟ ਇਜ਼ ਪ੍ਰੋਪਰ, ਦੈਟ ਵੁੱਡ ਬੀ ਦ ਰਾਈਟ ਆਨਸਰ ਫੋਰ ਯੂ ਕੁਐਸਚਨ। ਮੇਰੇ ਖਿਆਲ ਨਾਲ ਇੱਥੇ ਸਾਨੂੰ ਇੱਕ ਚੀਜ਼ ਘੋਖਣ ਦੀ ਵੀ ਲੋੜ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਮੈਜੋਰਿਟੀ ਵਿਨਸ, ਜਿਹੜੇ ਡਿਸੀਜਨ ਮੇਕਿੰਗ ਬਾਡੀ ਹੁੰਦੀ ਆ ਮੈਜੋਰਿਟੀ ਆ, ਅਸੀਂ ਮਾਈਨੋਰਟੀ ਹਾਂ। ਫਿਰ ਕਹਿਣ ਵਾਲੇ ਇਹ ਕਹਿ ਸਕਦੇ ਅਸੀਂ ਤਾਂ ਮਾਈਨੋਰਟੀ ਦੇ ਵਿੱਚ ਹਾਂ, ਸਾਨੂੰ ਕੀ ਲੋੜ ਪਈ ਹੈ ਆਪਣੀ ਆਵਾਜ਼ ਬੁਲੰਦ ਕਰਨ ਦੀ। ਔਰ ਇੱਥੇ ਇਹ ਚੀਜ਼ ਇੱਕ ਬਹੁਤ ਹੀ ਜ਼ਿਆਦਾ ਜਾਣਨ ਵਾਲੀ ਹੈ ਕਿ ਜਿਹੜੇ ਗਰੁੱਪ ਨੂੰ ਅਸੀਂ ਹਮੇਸ਼ਾ ਹੀ ਕਹਿ ਲਓ ਕਿ ਜਾਂ ਰੋਲ ਮਾਡਲ ਕਹਿ ਲਓ ਜਾਂ ਉਹਨਾਂ ਵਰਗੇ ਅਸੀਂ ਬਣਨਾ ਚਾਹੁੰਦੇ ਹਾਂ, ਉਹ ਹੈਗੇ ਜੂਸ਼ ਗਰੁੱਪਸ। ਕਿਉਂਕਿ ਯਹੂਦੀਆਂ ਦੇ ਨੰਬਰ ਵੀ ਸਾਡੇ ਵਾਂਗੂ ਲੋਜ਼ ਨੇ ਪਾਪੂਲੇਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਪਰ ਉਹਨਾਂ ਆਪਣੀ ਆਵਾਜ਼ ਨੂੰ ਬੜਾ ਐਂਪਲੀਫਾਈ ਕੀਤਾ ਹੋਇਆ। ਟਰੂ, ਕਿਉਂਕਿ ਜਦੋਂ ਤੁਸੀਂ ਪਾਰਟਿਸਿਪੇਟ ਕਰਦੇ ਹੋ, ਕਿਉਂਕਿ ਜਦੋਂ ਵੀ ਵੋਟਿੰਗ ਹੁੰਦੀ ਹੈ ਜਿੰਨੇ ਐਲੀਜੀਬਲ ਵੋਟਰ ਨੇ, 100% ਟਰਨਆਊਟ ਕਿਤੇ ਨਹੀਂ ਹੁੰਦਾ, ਉਹ 60% ਜਾਂ 65% ਜਾਂ 70% ਹੁੰਦਾ ਹੈ। ਹੁਣ ਅਸੀਂ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਕੋਈ ਲਗਭਗ 5 ਲੱਖ ਸਿੱਖ ਦੱਸਦੇ ਨੇ, ਅਤੇ ਕੈਨੇਡਾ ਦੀ ਜਿਹੜੀ ਪਾਪੂਲੇਸ਼ਨ ਆ ਉਹ 33 ਮਿਲੀਅਨ ਹੈ। ਬਟ ਉਹਦਾ ਕਾਰਨ ਸਾਡੀ ਉੱਥੇ ਸਕਸੈਸ ਦਾ ਇਹ ਬਣਿਆ, ਦੇਖੋ 6 MP ਨੇ ਮੇਰੇ ਖਿਆਲ ਨਾਲ, ਅਤੇ ਕੈਬਨਿਟ ਦੇ ਵਿੱਚ ਇਸ ਵੇਲੇ ਕਾਫੀ ਮੰਤਰੀ ਨੇ, ਔਰ ਉਹਦਾ ਕਾਰਨ ਇਹੀ ਬਣਿਆ ਕਿ ਉਹ ਪਾਪੂਲੇਸ਼ਨ ਜਿਹੜੀ ਆ ਉਹ ਕਾਨਸਨਟ੍ਰੇਟਡ ਹੈ। ਦੇ ਹੈਵ ਬਿਨ ਏਬਲ ਟੂ ਲੈਵਰੇਜ ਦੈਟ ਐਂਡ ਏਬਲ ਟੂ ਐਂਪਲੀਫਾਈ ਦੇਅਰ ਵੋਇਸ ਐਂਡ ਬੀ ਪਾਰਟ ਆਫ ਦ ਡਿਸੀਜਨ ਮੇਕਿੰਗ ਪ੍ਰੋਸੈਸ। ਤੁਸੀਂ ਆਪਣਾ ਡੇਲੀ ਕੰਮ ਕਰਕੇ ਅਗਰ ਘਰਾਂ 'ਚ ਲੋਕ ਕੇ ਬਹਿ ਗਏ, ਹਾਂਜੀ, ਪੀਪਲ ਵੋਂਟ ਨੋ ਦੈਟ ਯੂ ਐਗਜ਼ਿਸਟ। ਐਗਜ਼ੈਕਟਲੀ। ਅਗਰ ਤੁਸੀਂ, ਯੂ ਮੇ ਬੀ ਦ ਮਾਈਨੋਰਟੀ ਬਟ ਏ ਮੈਜੋਰਟੀ ਅਮੰਗ ਮਾਈਨੋਰਟੀ ਕਮਸ ਆਊਟ, ਕਰੈਕਟ, ਐਂਡ ਮਾਈਨੋਰਟੀ ਅਮੰਗ ਮੈਜੋਰਟੀ ਕਮਸ ਆਊਟ, ਉਹ ਬੈਲੈਂਸ ਆਊਟ ਹੋ ਜਾਂਦਾ ਹੈ। ਬਿਲਕੁਲ। ਪਲੱਸ ਗੁਰੂ ਦੀ ਕਿਰਪਾ, ਸਾਡੀ ਪਹਿਚਾਣ, ਆਈਡੈਂਟੀਟੀ, ਵੀ ਸਟੈਂਡ ਆਊਟ ਅਮੰਗ ਦ ਕਰਾਊਡ। ਸੋ ਜਦੋਂ ਤੁਸੀਂ ਵੋਟ ਪਾਉਣ ਜਾਣਾ, ਜਿੱਥੇ 100 ਬੰਦਾ ਲਾਈਨ 'ਚ ਲੱਗਿਆ, ਇੱਕ ਸਰਦਾਰ ਲੱਗਿਆ, ਤਾਂ ਤੱਕਣ ਲਈ ਇਮੇਜ ਜਿਹੜੀ ਆ ਉਹ ਖਿੱਚ ਦਾ ਕੇਂਦਰ ਬਣਦਾ ਹੀ ਬਣਦਾ ਜੀ। ਦੇਖੋ, ਉਹ ਤਾਂ ਜਨਰਲ ਪਾਪੂਲੇਸ਼ਨ ਦੇ ਲਈ ਹੋ ਜਾਂਦਾ ਜਾਂ ਮੀਡੀਆ ਦੇ ਲਈ ਹੋ ਜਾਂਦਾ ਵੀ ਓਕੇ ਜੀ ਇਹ ਕੌਣ ਨੇ, ਇਹ ਕਿਉਂ ਵੋਟਿੰਗ ਦੇ ਵਿੱਚ, ਤਾਂ ਕਿ ਉਹਨਾਂ ਨੂੰ ਸਾਡੇ ਬਾਰੇ ਪਤਾ ਲੱਗਦਾ ਕਿ ਵੀ ਆਰ ਪੀਸ ਲਵਿੰਗ ਡੈਮੋਕ੍ਰੈਟਿਕ ਪੀਪਲ ਹੂ ਵਾਂਟ ਟੂ ਗੈਟ ਇਨਵੋਲਵਡ ਇਨ ਦ ਸਿਸਟਮ। ਆਲਦੋ ਵੀ ਨੋ ਆਰ ਨੰਬਰਸ ਆਰ ਲੋ, ਯੈਟ ਵੀ ਸਟਿਲ ਸਪੋਰਟ ਦ ਡੈਮੋਕ੍ਰੈਟਿਕ ਪ੍ਰੋਸੈਸ। ਅਸੀਂ ਇਸ ਪ੍ਰੋਸੈਸ ਦੇ ਧਾਰਨੀ ਹੈ, ਐਂਡ ਵੀ ਸਟਰੋਂਗਲੀ ਬਿਲੀਵ ਇਨ ਇਟ, ਐਂਡ ਵੀ ਪਾਰਟੀਸਪੇਟ। ਦੈਟ ਇਜ਼ ਟੂ ਸੈਂਡ ਦੈਟ ਮੈਸੇਜ ਆਊਟ, ਵੀ ਨੀਡ ਟੂ ਗੋ ਐਂਡ ਪਾਰਟੀਸਪੇਟ। ਬਿਲਕੁਲ, ਦੈਟ ਇਜ਼ ਵੈਰੀ ਇੰਪੋਰਟੈਂਟ। ਇੱਕ ਹੋਰ ਪਵਨ ਜੀ, ਮੰਨ ਲਓ 10 ਬੰਦੇ ਘਰ ਬੈਠੇ ਨੇ, ਹਾਂਜੀ, ਉਹ 0 ਬਰਾਬਰ ਨੇ। ਬਿਲਕੁਲ। 10 'ਚੋਂ ਜਦੋਂ 5 ਬਾਹਰ ਜਾਂਦੇ ਨੇ, ਅਤੇ ਜੇ ਉਹਨਾਂ ਦੇ ਇਲੈਕਟਡ ਅਫੀਸ਼ਲਸ ਨੂੰ, ਰਿਪ੍ਰੈਜੈਂਟੇਟਿਵਸ ਨੂੰ ਪਤਾ ਕਿ ਸਿੱਖਸ ਨੇ ਮੈਨੂੰ ਵੋਟ ਪਾਈ ਹੈ ਜਾਂ ਪਾਉਣੀ ਹੈ, ਜਾਂ ਪਾਉਣੀ ਹੈ, ਕਿ ਇਹ ਇੱਕ ਪੋਲੀਟੀਕਲ ਗਰੁੱਪ ਹੈ ਜਿਹੜਾ ਵਿਲ ਗੋ ਆਊਟ ਐਂਡ ਵੋਟ, ਉਹ ਤੁਹਾਨੂੰ ਇਗਨੋਰ ਹੀ ਨਹੀਂ ਕਰ ਸਕਦਾ। ਹੀ ਹੈਜ਼, ਹੀ ਔਰ ਸ਼ੀ ਹੈਜ਼ ਨੋ ਐਕਸਕਿਊਜ਼ ਟੂ ਸੇ
oh I'm sorry I don't know you know, people even existed exactly ਆਪਾਂ ਮੇਲੇ ਤੇ ਸੱਦਦੇ ਆ ਹਾਂਜੀ ਮੇਲੇ ਤਾਂ ਆਪਾਂ ਐਸੇ ਕਰਕੇ ਨਾ ਸੱਦਦੇ ਵੀ ਦੇਖੋ ਅਸੀਂ 10,000 ਦਾ ਕਰਾਊਡ ਹੈ ਇਹ ਤੁਹਾਡੇ ਵੋਟਾਂ ਨੇ ਹਾਂਜੀ ਸੋ ਯੂ ਬੈਟਰ ਲਿਸਨ ਟੂ ਅਸ ਮੇਲੇ ਹੁੰਦੀਆਂ ਨੇ ਸਿੱਖ ਡੇ ਪਰੇਡਸ ਹੁੰਦੀਆਂ ਨੇ ਪੂਰੇ ਕੰਟਰੀ ਦੇ ਵਿੱਚ ਪੂਰੇ ਨਾਰਥ ਅਮਰੀਕਾ ਦੇ ਵਿੱਚ ਐਂਡ ਦੇ ਡੂ ਲਿਸਨ ਟੂ ਅਸ ਨਾਓ ਹਾਂਜੀ ਬਿਲਕੁਲ ਗੱਲ ਫਿਰ ਉੱਥੇ ਵਾਪਸ ਆਉਂਦੀ ਹੈ ਅਸੀਂ ਕੀ ਕਰਦੇ ਹਾਂ ਜੀ ਡੂ ਵੀ ਪਲੇ ਆਰ ਰੋਲ ਡੂ ਵੀ ਫੁਲਫਿਲ ਆਰ ਡਿਊਟੀ ਟੂ ਦ ਨੇਸ਼ਨ ਐਸ ਵੈਲ ਐਸ ਆਰ ਕਮਿਊਨਿਟੀ ਇਹ ਚੀਜ਼ ਸਿੱਖਣੀ ਬਹੁਤ ਇੰਪੋਰਟੈਂਟ ਹੈ ਹਾਂਜੀ ਮੈਨੂੰ ਚੇਤੇ ਹੈ ਮਿਸਟਰ ਓਬਾਮਾ ਦੀ ਇਲੈਕਸ਼ਨ ਦੇ ਟਾਈਮ ਹਾਂਜੀ ਮੈਂ ਇੱਥੇ ਰਜਿਸਟਰ ਸੀਗਾ ਵਰਜੀਨੀਆ 'ਚ ਅੱਛਾ ਔਨ ਦੀ ਇਲੈਕਸ਼ਨ ਡੇ ਆਈ ਡਰੋਵ 360 ਮਾਈਲਸ ਫਰੋਮ ਓਹਾਇਓ ਤੇ ਆਪਾਂ ਨੂੰ ਜਿਹੜੇ ਵਿਊਜ਼ ਨੇ ਦੂਰ ਦਰੇਡੇ ਬੈਠੇ ਹੋ ਰਹੇ ਦੇਸ਼ਾਂ 'ਚ ਕਿ ਸਾਡੀ ਇੱਕ ਟ੍ਰੈਡੀਸ਼ਨ ਹੈ ਜੀ ਤੁਸੀਂ ਵੋਟ ਪਾਉਂਦੇ ਹੋ ਇੱਕ ਤੁਹਾਡੇ ਅਮੈਰੀਕਨ ਫਲੈਗ ਇੱਥੇ ਦਾ ਸਟਿੱਕਰ ਲਾਉਂਦੇ ਨੇ ਸੋ ਆਈ ਅਪਰੋਚਡ ਅਪ ਟੂ ਦਿਸ ਲੇਡੀ ਜਿਹੜੀ ਇਲੈਕਸ਼ਨ ਦੀ ਡਿਊਟੀ ਸੀਗੀ ਮੈਂ ਕਿਹਾ ਆਈ ਡਿਜ਼ਰਵ ਟੂ ਸ਼ੀ ਵਾਜ਼ ਵਾਈ ਮੈਂ ਕਿਹਾ ਬਿਕੋਜ਼ ਆਈ ਡਰੋਵ 360 ਮਾਈਲਸ ਉਹਨੇ ਦੋ ਲਾਏ ਔਰ ਜਿਹੜੇ 10 ਲੋਕਾਂ ਨੇ ਸੁਣਿਆ ਉਹਨਾਂ ਨੇ ਵੀ ਇਸ ਚੀਜ਼ ਦਾ ਐਪਰੀਸ਼ੀਏਟ ਕੀਤਾ ਦੇ ਸਮਾਈਲ ਔਨ ਦੇਅਰ ਫੇਸਿਸ ਐਂਡ ਯੂ ਨੋ ਸੋ ਤੁਸੀਂ ਪਾਰਟਿਸਪੇਸ਼ਨ ਇਜ਼ ਮਸਟ ਤਿਣਕੇ ਤਿਣਕੇ ਨਾਲ ਹੀ ਕੀ ਕਹਿੰਦੇ ਹੁੰਦੇ ਨੇ ਮਹਿਲ ਜਾਓ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਸਮੁੰਦਰ ਭਰਨਾ ਜੀ ਤਿਣਕੇ ਤਿਣਕੇ ਨਾਲ ਪੰਛੀ ਆਪਣਾ ਜਿਹੜਾ ਆ ਘਰ ਬਣਾਉਂਦੇ ਨੇ ਹਾਂਜੀ ਸੋ ਸਾਨੂੰ ਆਪਣਾ ਜਿਹੜਾ ਫਰਜ਼ ਹੈ ਉਹ ਅਦਾ ਹੀ ਕਰਨਾ ਚਾਹੀਦਾ ਨਾਲੇ ਕਿਉਂਕਿ ਬੜੀ ਵਾਰੀ ਅਸੀਂ ਜਿਹੜੀ ਚੀਜ਼ ਸਾਨੂੰ ਕਹਿ ਲਓ ਕਿ ਫ੍ਰੀ ਦੇ ਵਿੱਚ ਮਿਲ ਜਾਂਦੀ ਜਾਂ ਸੁਖਾਲੀ ਮਿਲ ਜਾਂਦੀ ਆ ਉਹਦੀ ਐਪਰੀਸ਼ੀਏਸ਼ਨ ਸਾਡੇ ਉਹਦੀ ਕਦਰ ਘੱਟ ਜਾਂਦੀ ਆ ਕਿਉਂਕਿ ਜੇ ਅਸੀਂ ਇਤਿਹਾਸ ਪੜ੍ਹੀਏ ਕਿ ਲੇਡੀਜ਼ ਨੂੰ ਅਮਰੀਕਾ ਦੇ ਵਿੱਚ 1919 ਦੇ ਵਿੱਚ ਜਾ ਕੇ ਵੋਟਿੰਗ ਰਾਈਟਸ ਮਿਲੇ ਰਾਈਟ ਫਿਰ ਉਸ ਤੋਂ ਬਾਅਦ ਜਿਹੜਾ ਰੇਸਿਜ਼ਮ ਸੀਗਾ ਉਹ ਐਂਡ ਨਹੀਂ ਹੋਇਆ ਸਰਦਾਰ ਭਗਤ ਸਿੰਘ ਥਿੰਦ ਹੋਣੀ ਜਿਹੜੇ ਕਿ ਜਿਹੜੀ ਗ੍ਰੇਟ ਵਾਰ ਹੋਈ ਸੀਗੀ ਉਹਦੇ ਵਿੱਚ ਅਮਰੀਕਾ ਵੱਲੋਂ ਲੜੇ ਵੀ ਪਰ ਉਹਨਾਂ ਨੂੰ ਫਿਰ ਵੀ ਸਿਟੀਜ਼ਨ ਨਹੀਂ ਹੋਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਕਿਉਂਕਿ ਜਿਹੜਾ ਵੋਟਿੰਗ ਦਾ ਅਧਿਕਾਰ ਹੈ ਉਹ ਸਿਰਫ ਲਾਅ ਅਬਾਈਡਿੰਗ ਸਿਟੀਜ਼ਨਸ ਨੂੰ ਹੈ ਈਵਨ ਕਿ ਜਦੋਂ ਬੰਦਾ ਕੋਈ ਫੈਲਨੀ ਕਮਿਟ ਕਰ ਦਿੰਦਾ ਤੁਹਾਡਾ ਵੋਟਿੰਗ ਰਾਈਟ ਜਿਹੜਾ ਉਹ ਜਾਂਦਾ ਰਹਿੰਦਾ ਸੋ ਉਹਨਾਂ ਨੇ ਫਿਰ ਸੁਪਰੀਮ ਕੋਰਟ ਦੇ ਵਿੱਚ ਕੇਸ ਲੜਿਆ ਫਿਰ ਉਹਨਾਂ ਅਮੈਰੀਕਨ ਸਿਟੀਜ਼ਨਸ਼ਿਪ ਲਈ ਸੋ ਉਸ ਤੋਂ ਬਾਅਦ ਜੇ ਆਪਾਂ 1970s ਦੀ ਗੱਲ ਕਰਦੇ ਹਾਂ ਸਿਵਲ ਰਾਈਟਸ ਮੂਵਮੈਂਟ ਚੱਲੀ ਜਿਹੜੇ ਮਤਲਬ ਅਫਰੀਕਨ ਅਮੈਰੀਕਨਸ ਨੇ ਉਹਨਾਂ ਨੇ ਆਪਣੇ ਹੱਕਾਂ ਲਈ ਲੜਾਈ ਲੜੀ ਸੋ ਇਹ ਵੋਟ ਜਿਹੜੀ ਹੈ ਇਹ ਬਹੁਤ ਹੀ ਇੱਕ ਕੀਮਤੀ ਚੀਜ਼ ਹੈ ਔਰ ਇਹਨੂੰ ਸਹੀ ਪਾਸੇ ਲਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਆ ਔਰ ਇਹਦੇ ਨਾਲ ਆਪਾਂ ਗੱਲ ਕਰਾਂਗੇ ਕਿ ਆਪਾਂ ਆਪਣੇ ਯੂਥ ਨੂੰ ਕਿਵੇਂ ਇਨਵੋਲਵ ਕਰ ਸਕਦੇ ਹਾਂ ਜਾਂ ਜੀ ਕਿਹੜੀ ਪਾਰਟੀ ਚੰਗੀ ਹੈ ਕਿਹੜਾ ਇਸ਼ੂ ਚੰਗਾ ਹੈ ਉਹ ਸਾਰੀਆਂ ਚੀਜ਼ਾਂ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਪਰ ਉਸ ਤੋਂ ਪਹਿਲਾਂ ਲੈ ਲਈਏ ਇੱਕ ਛੋਟਾ ਜਿਹਾ ਬ੍ਰੇਕ Hi, my name is Kuldeep Gill. I'm broker of Sky Realty. The reason we are so successful because client trust us. I've been doing this my whole life. My team is my wife, my office manager, and my agents. We look forward to earn your business and we do speak your language. Thank you. ਵੈਲਕਮ ਬੈਕ ਟੂ ਦ ਸ਼ੋ ਵਿਊਅਰਸ ਆਪਾਂ ਗੱਲ ਅੱਗੇ ਜਾਰੀ ਕਰਦੇ ਹਾਂ ਕਿ ਸਾਲ ਹੈ 2018 ਮਹੀਨਾ ਹੈ ਜੁਲਾਈ ਦਾ
ਤੇ ਆਉਣ ਵਾਲੇ 1 ਤੋਂ 2 ਮਹੀਨਿਆਂ ਤੱਕ ਤੁਸੀਂ ਹਰ ਯਾਰਡ ਦੇ ਵਿੱਚ ਹਰ ਖਾਲੀ ਜਗ੍ਹਾ ਜਿਹੜੀ ਪਬਲਿਕ ਸਪੇਸ ਹੈ ਉੱਥੇ ਤੁਹਾਨੂੰ ਫਲਾਇਰ ਪੋਸਟਰਸ ਹੀ ਲੱਗੇ ਨਜ਼ਰ ਆਉਣਗੇ ਤੇ ਹਰ ਇੱਕ ਪਾਰਟੀ ਦੇ ਵੱਖਰੇ ਵੱਖਰੇ ਕੈਂਡੀਡੇਟਸ ਦੇ ਵੱਖਰੇ ਵੱਖਰੇ ਰੰਗਾਂ ਨੂੰ ਵੇਖਣ ਨੂੰ ਮਿਲੂਗਾ ਤੇ ਉਸ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਯੂ ਨੋ ਇਲੈਕਸ਼ਨ ਸੀਜ਼ਨ ਇਜ਼ ਔਨ। 2016 ਦੀ ਜਿਹੜੀ ਇਲੈਕਸ਼ਨ ਸੀਗੀ ਉਹ ਇੱਕ ਬਹੁਤ ਹੀ ਪੋਲਰਾਈਜ਼ਿੰਗ ਐਕਸਪੀਰੀਅੰਸ ਸੀਗਾ। ਦੇਰ ਵਾਜ਼ ਐਨ ਅਪਸੈਟ ਵਿਨ ਅਤੇ ਬਹੁਤ ਸਾਰੇ ਲੋਕਾਂ ਨੂੰ ਵੋਟਰਸ ਨੂੰ ਉਸ ਚੀਜ਼ ਦਾ ਗਿਲਾ ਵੀ ਸੀਗਾ, ਸ਼ਿਕਵਾ ਸੀ। ਸੋ ਜਿਹੜਾ 2018 ਦਾ ਮਿਡ ਟਰਮ ਇਲੈਕਸ਼ਨ ਹੈ ਅਤੇ ਇੱਥੇ ਬੜੇ ਗਿਲੇ ਸ਼ਿਕਵੇ ਦੂਰ ਕਰਨ ਲਈ ਵੋਟਰਸ ਨੇ ਜਾਣਾ ਹੈ, ਸਾਨੂੰ ਇਸ ਦੇ ਬਾਰੇ ਥੋੜ੍ਹਾ ਜਿਹਾ ਦੱਸੋ ਸਾਡੇ ਵਿਊਅਰਸ ਨੂੰ। ਵਟ ਡੂ ਯੂ ਟੇਕ ਫਰੋਮ ਦੀ ਇਲੈਕਸ਼ਨ 2018? ਜਿਹੜਾ ਆਪਾਂ ਪਹਿਲਾਂ ਬ੍ਰੇਕ ਜਾਣ ਤੋਂ ਪਹਿਲਾਂ ਪੁਆਇੰਟ ਡਿਸਕਸ ਕੀਤਾ ਸੀ, ਪਾਰਟੀਸਪੇਸ਼ਨ, ਹਾਂਜੀ, ਸਿਸਟਮ ਨੂੰ ਕਿਵੇਂ ਯੂਜ਼ ਕਰਨਾ ਆਪਣੇ ਲਈ, ਜੀ ਯੂਜ਼ ਕਰ ਸਕਦੇ ਹੋ ਤੁਸੀਂ ਕਿਉਂਕਿ ਤੁਹਾਨੂੰ ਜ਼ਰੂਰਤ ਹੈ। 2016 'ਚ ਪਵਨ ਜੀ ਅਸੀਂ ਕਈ ਜਣੇ ਇਕੱਠੇ ਹੋ ਕੇ ਹਾਂਜੀ ਵਰਜੀਨੀਆ ਦੀ ਕਨਵੈਨਸ਼ਨ ਦੇ ਵਿੱਚ ਇੱਥੇ ਗੈਟ ਟੂਗੈਦਰ ਹੋਇਆ ਸੀ ਹੋਟਲ ਦੇ ਵਿੱਚ ਬਹੁਤ ਵੱਡਾ, ਠੀਕ ਹੈ, ਮਿਸਟਰ ਟਰੰਪ ਦੇ ਲਈ ਅਸੀਂ ਸਰਦਾਰ ਪਗੜੀਆਂ ਬੰਨ੍ਹ ਕੇ ਗਏ। ਸਾਡੇ ਕੋਲ 2-3 ਟੇਬਲ ਸੀਗੇ ਸਾਡੇ ਇਕੱਠੇ ਲਏ ਹੋਏ, ਠੀਕ ਹੈ, ਅਤੇ ਮੈਨੂੰ ਕੋਈ ਮੈਂ ਉੱਥੇ ਬੋਲਿਆ ਵੀ, ਹਾਂਜੀ, ਆਈ ਵਾਜ਼ ਵਨ ਆਫ ਦ ਸਪੀਕਰਸ, ਅਤੇ ਉੱਥੇ ਉਹਨਾਂ ਨੇ ਪੁੱਛਿਆ ਕਿ ਵਾਈ ਡੂ ਯੂ ਸਪੋਰਟ ਹਿਮ, ਹਾਂਜੀ, ਉਹ ਤਾਂ ਜਿਹੜਾ ਜਵਾਬ ਦੇਣਾ ਦੇਣਾ ਸੀ। ਮੈਂ ਆਪਣੀ ਸਪੀਚ 'ਚ ਇੱਕ ਪੁਆਇੰਟ ਜ਼ਰੂਰ ਆਡੀਅੰਸ ਦੇ ਨਾਲ ਸ਼ੇਅਰ ਕੀਤਾ ਕਿ ਦ ਗੁੱਡ ਥਿੰਗ ਅਬਾਊਟ ਸਿੱਖ ਕਮਿਊਨਿਟੀ ਇਜ਼ ਕਿ ਇਹਨਾਂ ਦੀ ਲੋਇਲਟੀ ਬਹੁਤ ਮੈਟਰ ਕਰਦੀ ਹੈ। ਦੇ ਆਰ ਵੈਰੀ ਲੋਇਲ ਪੀਪਲ, ਨੋ ਮੈਟਰ ਡੇ ਟੂ ਡੇ ਐਕਟੀਵਿਟੀਜ਼ ਦੇ ਵਿੱਚ ਬਹੁਤ ਲੋਇਲ ਨੇ। ਇਸ ਚੀਜ਼ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਚਾਹੇ ਸਿੱਖ ਕੈਨੇਡਾ ਰਹਿੰਦੇ ਹੋਣ ਚਾਹੇ ਅਮਰੀਕਾ ਰਹਿੰਦੇ ਹੋਣ, ਹਾਲਾਂਕਿ ਸਾਡੇ ਅਡਾਪਟਡ ਕੰਟਰੀ ਨੇ, ਅਸੀਂ ਹਰ ਵੇਲੇ ਆਪਣੀ ਜਾਨ ਨਿਸ਼ਾਵਰ ਕਰਨ ਲਈ ਤਿਆਰ ਪਰ ਤਿਆਰ। ਸੋ ਆਈ ਸ਼ੇਅਰ ਵਿਦ ਦ ਪੀਪਲ ਐਂਡ ਆਈ ਪੁਆਇੰਟਡ ਆਊਟ ਟੂ ਦ ਕੋਰ ਕਮੇਟੀ ਜਿਹੜੇ ਬੈਠੇ ਸੀ ਟੇਬਲ ਦੇ ਉੱਤੇ, ਉਹਨਾਂ ਨੂੰ ਮੈਂ ਕਿਹਾ ਵੀ ਯੂ ਆਰ ਲੁਕਿੰਗ ਐਟ ਦੀਸ ਪੀਪਲ, ਹਾਂਜੀ, ਕਿ ਇਹਨਾਂ ਦੀ ਲੋਇਲਟੀ 'ਤੇ ਤੁਸੀਂ ਫਕਰਮਾਨ ਕਰ ਸਕਦੇ ਹੋ ਕਿ ਅਗਰ ਤੁਹਾਡੇ ਨਾਲ ਕੇ ਖੜ ਗਏ ਤੱਕ ਇਹ ਖੜਨਗੇ, ਦੀਜ਼ ਆਰ ਯੂਰ ਵੋਟਸ, ਸਪੋਰਟ ਯੂ ਫਾਈਨੈਂਸ਼ਲੀ ਐਸ ਵੈਲ ਐਸ ਵੋਟ ਵਾਈਜ਼। ਸੋ ਇੱਕ ਤਾਂ ਉਸ ਚੀਜ਼ ਨੂੰ ਅਸੀਂ ਵਰਤਿਆ ਆਪਣੇ ਹੱਕ ਦੇ ਵਿੱਚ ਕਿ ਅਸੀਂ ਦੋਨੋਂ ਵੀ ਵਰ ਔਨ ਬੋਥ ਸਾਈਡ ਆਫ ਦੀ ਆਇਲ, ਰਿਪਬਲਿਕਸ ਡੈਮੋਕਰੇਟਸ। ਹੁਣ ਹੈਗੀ ਜਿਹੜੀ ਮਿਡ ਟਰਮ ਇਲੈਕਸ਼ਨਸ ਹੈ ਉਹ ਹੈਗੀਆਂ ਨੇ 6 ਨਵੰਬਰ ਨੂੰ 2018 ਨੂੰ, ਹਾਂਜੀ, ਵਾਈ ਦੇ ਆਰ ਇੰਪੋਰਟੈਂਟ ਜੀ, ਮੇਰੇ ਖਿਆਲ 'ਚ ਦੁਨੀਆ ਦੇ ਵਿੱਚ ਕੋਈ ਐਸਾ ਆਪਣਾ ਵਿਊਰ ਨਹੀਂ ਜਿਹੜਾ ਨਹੀਂ ਦੇਖਦਾ ਕਿ ਅਮੈਰੀਕਾ 'ਚ ਵਾਈਟ ਹਾਊਸ ਕੀ ਹੁੰਦਾ। ਅੱਜ ਕੱਲ੍ਹ ਸਾਡੇ ਪ੍ਰਧਾਨ ਸਾਹਿਬ ਡੇਲੀ ਨਵੇਂ ਤੋਂ ਨਵੇਂ ਜਿਹੜੀ ਹੈ ਕੰਟਰੋਵਰਸੀ ਚਾਲੂ ਰੱਖਦੇ ਨੇ, ਸਪੈਸ਼ਲੀ ਟਵਿੱਟਰ ਦੀ ਵਰਤੋਂ ਕਰਕੇ ਜਿਹੜਾ ਉਹ, ਮਤਲਬ ਮੈਂ ਤਾਂ ਕਹਿੰਦਾ ਟਵਿੱਟਰ ਨੂੰ ਦੁਬਾਰਾ ਬਿਜ਼ਨਸ ਲਿਆਉਣ ਵਾਲੇ ਸਾਡੇ ਪ੍ਰਧਾਨ ਸਾਹਿਬ ਨੇ, ਥੈਂਕਸ ਟੂ ਹਿਮ। ਬਿਲਕੁਲ, ਸਾਡੇ ਹਾਊਸ ਆਫ ਰੈਪ੍ਰਜੈਂਟੇਟਿਵਸ ਦੀ 435 ਸੀਟਸ ਆਪਣੇ ਸਾਰਿਆਂ ਦੀ ਹੀ ਇਲੈਕਸ਼ਨ ਹੋਣੀ ਹੈ ਕਿਉਂਕਿ ਹਰ 2 ਸਾਲ ਬਾਅਦ ਇਹਨਾਂ ਦੀ ਇਲੈਕਸ਼ਨ ਹੁੰਦੀ ਹੈ, ਦੈਟਸ ਅ 2-ਈਅਰ ਟਰਮ। ਸੋ ਵੀ ਹੈਵ ਦ ਫੁੱਲ ਹਾਊਸ ਇਜ਼ ਗੋਇੰ ਟੂ ਬੀ ਇਲੈਕਟਡ, ਰੀਇਲੈਕਟਡ। ਸੋ ਕੀ ਹੋਏਗਾ ਕਿ ਹੁਣ ਰਿਪਬਲਿਕਨਸ ਨੇ, ਹਾਂਜੀ, ਇਨ ਮੈਟਰਸ ਕਿ ਪ੍ਰੈਜੀਡੈਂਟ ਸਾਹਿਬ ਦੇ ਉੱਤੇ ਕੀ ਡੈਮੋਕਰੇਟਸ ਮੈਜੋਰਟੀ ਲੈ ਕੇ ਖੜਾ ਕਰ ਸਕਦੇ ਕਿ ਨਹੀਂ ਉਹਨੂੰ, ਠੀਕ ਹੈ। ਸੋ ਦੈਟ ਇਜ਼ ਆਲਸੋ ਵੈਰੀ ਇੰਪੋਰਟੈਂਟ। ਔਨ ਦੀ ਅਦਰ ਸਾਈਡ ਜਿਹੜੇ ਸਾਡੇ ਸੈਨੇਟਰਸ ਨੇ ਉਹ 100 ਨੇ ਜੀ, ਹਰੇਕ ਸਟੇਟ 'ਚੋਂ 2 ਹੁੰਦੇ ਨੇ, ਉਹਨਾਂ ਦੇ ਟਰਮ ਜਿਹੜੀ ਹੁੰਦੀ ਹੈ ਉਹ 6 ਸਾਲ ਦੀ ਹੁੰਦੀ ਹੈ। ਸੋ ਉਹਨਾਂ ਦੇ ਵਿੱਚੋਂ ਜਿਹੜੇ ਉਹਨਾਂ ਦੇ ਵਿੱਚੋਂ ਕਾਫੀ ਹਰ 2 ਸਾਲ ਬਾਅਦ ਇਲੈਕਸ਼ਨ ਹੁੰਦੀ ਰਹਿੰਦੀ ਹੈ ਉਹਨਾਂ ਦੀ। ਸੋ ਵਨ ਥਰਡ ਜਿਹੜੇ ਨੇ ਉਹ 2 ਸਾਲ, ਵਨ ਥਰਡ ਅਪਰੋਕਸੀਮੇਟਲੀ, ਨਾਓ ਵੀ ਹੈਵ 33 ਐਟ ਦਿਸ ਟਾਈਮ, ਹਾਂਜੀ, 33 ਨੇ, 33 'ਚੋਂ 23 ਡੈਮੋਕਰੇਟ ਨੇ, 8 ਰਿਪਬਲਿਕਨਸ ਨੇ, 2 ਇੰਡੀਪੈਂਡੈਂਟ, ਦੋਨੋਂ ਡੈਮੋਕਰੇਟ ਨਾਲ ਖੜਦੇ ਨੇ। ਸੋ ਬੇਸਿਕਲੀ 25 ਡੈਮੋਕਰੇਟ ਜਿਹੜੇ ਨੇ ਦੇ ਆਰ ਅਪ ਫੋਰ ਰੀਇਲੈਕਸ਼ਨ, ਅਤੇ ਸਿਰਫ 8 ਨੇ, ਠੀਕ ਹੈ। ਅਗੇਨ ਮੈਜੋਰਟੀ ਰਿਪਬਲਿਕਨਸ ਦੀ ਹੈ, ਅਗਰ ਡੈਮੋਕਰੇਟਸ ਨੇ ਵਿਨ ਕਰਨਾ, ਹਾਂਜੀ, ਉੱਥੇ ਮੈਜੋਰਟੀ ਲੈਣੀ ਹੈ, ਤਾਂ ਉਹਨਾਂ ਨੂੰ ਜਿਹੜੀਆਂ ਆਪਣੀਆਂ 25 ਸੀਟਾਂ ਲੈ ਕੇ 2 ਸੀਟਾਂ ਐਕਸਟਰਾ ਖੋਣੀਆਂ ਪੈਣੀਆਂ ਨੇ ਰਿਪਬਲਿਕਨਸ ਤੋਂ। ਸੋ ਦੇਅਰਫੋਰ ਇਟ ਇਜ਼ ਵੈਰੀ ਇੰਪੋਰਟੈਂਟ ਫੋਰ ਹੂ ਦ ਡੈਮੋਕਰੇਟਸ ਟੂ ਗੋ ਆਊਟ ਦੇਅਰ। ਸੋ ਇਹਨਾਂ ਨੂੰ ਵੇਟ ਜਿਹੜਾ ਉਹ ਕੈਰੀ ਕਰਨਾ, ਉਹਨਾਂ ਕੈਰੀ ਕਰ, ਜਿਹੜੇ ਡੈਮੋਕਰੇਟਸ ਨੇ ਉਹਨਾਂ ਨੂੰ ਜਾ ਕੇ ਵੋਟਿੰਗ ਪਾਉਣੀ ਪਏਗੀ, ਹਾਂਜੀ, ਅਤੇ ਜਿਹੜੇ ਰਿਪਬਲਿਕਨਸ ਨੇ, ਹਾਂਜੀ, ਦੋਜ਼ ਹੂ ਆਰ ਲੋਇਲ ਟੂ ਦ ਪਾਰਟੀ, ਉਹਨਾਂ ਨੂੰ ਫਿਰ ਉਹਨੂੰ ਕਾਊਂਟਰ ਕਰਨਾ ਪਏਗਾ। ਬਿਲਕੁਲ। ਸੋ ਪਾਰਟੀਸਪੇਸ਼ਨ ਦਾ ਰੀਜ਼ਨ ਦੋਨੋਂ ਪਾਸੇ ਹੈਗਾ, ਹਾਂ, ਇੱਕ 30-37 ਵੀ ਹੈਗਾ, ਅਗਰ ਤੁਸੀਂ ਪ੍ਰਧਾਨ ਦੇ ਨਾਲ ਨਹੀਂ ਰਾਜੀ, ਹਾਂਜੀ, ਤੁਸੀਂ ਜੰਪ ਕਰਨਾ ਚਾਹੁੰਦੇ ਹੋ, ਹਾਂਜੀ, ਇਸੇ ਕਰਕੇ ਤੁਹਾਨੂੰ ਰਾਈਟ ਦਿੱਤਾ ਕਿ ਵੋਟ ਪਾ ਕੇ ਤੁਸੀਂ ਚੇਂਜ ਲਿਆ ਸਕਦੇ ਹੋ। ਸੋ ਤੁਸੀਂ ਅਗਰ ਉਹ ਵੀ ਕਰਨਾ ਚਾਹੁੰਦੇ, ਦੈਨ ਇਟ ਬਿਕਮਸ ਨੈਸੈਸਰੀ ਫੋਰ ਯੂ ਟੂ ਗੋ ਐਂਡ ਵੋਟ। ਔਰ ਵੋਟ ਕਰਨਾ, ਮੈਂ ਆਪਣੇ ਸਾਰੇ ਸਰਾਂ ਦੱਸਦਾ ਪੰਜਾਬੀਆਂ ਨੂੰ, ਅਮੈਰੀਕਾ ਦੇ ਵਿੱਚ ਜਿਹੜੇ ਪੰਜਾਬੀ ਸਾਡੇ ਅਤੇ ਦੂਜੇ ਵੀ ਵੀਰ ਭੈਣ ਭਰਾ ਸੁਣਦੇ ਨੇ, ਇਟ ਇਜ਼ ਯੋਰ ਡਿਊਟੀ, DUTY ਟੂ ਦ ਨੇਸ਼ਨ, ਇਹ ਤੁਹਾਡਾ ਹੱਕ ਨਹੀਂ, ਤੁਹਾਡਾ ਫਰਜ਼ ਹੈ ਵੋਟ ਪਾਉਣਾ। ਸੋ ਗੋ
ਐਂਡ ਵੋਟ ਇੱਕ ਹੁਣ ਮੈਂ ਤੁਹਾਨੂੰ ਕਾਊਂਟਰ ਸਵਾਲ ਕਰਦਾ ਹਾਂਜੀ ਇਹ ਤਾਂ ਮੈਂ ਆਪਣੇ ਜਿਹੜੇ ਸੀਗੇ ਮੇਰੇ ਹਮ ਸਫ਼ਰ ਨੇ ਜੀ ਅਸੀਂ ਇੰਡੀਆ ਜੰਮੇ ਪਲੇ ਹਾਂ ਜਿਹੜਾ ਯੂਥ ਹੈ ਇੱਥੇ ਸਾਡਾ ਹਾਂਜੀ ਉਹਨਾਂ ਨੂੰ ਦੱਸੋ ਬਿਕੋਜ਼ ਉਹਨਾਂ ਨੇ ਜਿਹੜੀ ਟੋਰਚਰ ਨਾ ਅੱਗੇ ਟੋਰਚਰ ਜਿਹੜੀ ਉਹ ਅੱਗੇ ਕੈਰੀ ਆਨ ਕਰਨੀ ਹੈ ਹਾਂਜੀ ਠੀਕ ਹੈ ਉਹਨਾਂ ਨੇ ਅੱਗੇ ਜਿਹੜੇ ਸਾਡੇ ਰਸਤੇ ਨੇ ਉਹਨਾਂ ਨੂੰ ਹੋਰ ਰੋਸ਼ਨ ਤਾਂ ਕਰਨਾ ਠੀਕ ਹੈ ਰੋਸ਼ਨੀ ਲਾਉਣੀ ਹੈ ਹਾਊ ਕੈਨ ਯੂ ਹੈਵ ਮੋਸਟ ਯੂਥ ਪਾਰਟੀਸਪੇਟ ਤੁਸੀਂ ਯੂਥ ਨੂੰ ਥੋੜ੍ਹਾ ਮੈਸੇਜ ਦਿਓ ਵੈਲ ਵੀ ਨੀਡ ਮੋਰ ਪੋਲੀਟੀਕਲ ਐਫਿਕਸੀ ਬਿਕੋਜ਼ ਐਨ ਅਡਲਟ ਵਾਂਸ ਦੇ ਟਰਨ 18 ਦੇ ਆਰ ਅਲਾਊਡ ਦ ਰਾਈਟ ਟੂ ਵੋਟ ਦੇ ਆਰ ਗ੍ਰਾਂਟਡ ਦ ਰਾਈਟ ਟੂ ਵੋਟ So it's really important that before you hit that mark, before you hit 18, you already know the political structure, you understand the political landscape, and you know what it takes. And it regardless of whether you go with the Democrats or Republican, because those are the two majority parties, and a lot of people don't really somehow understand that there is more to that. So you have the Democrats, you have the Republicans, you have the Libertarian Party, and then there's an upcoming party, which is called the Modern Whig Party. Look it up, Google it, WHIG. If you do not follow along all those other three parties, this is also an option. And if you do not agree with any four of those, you can support an independent all the time. You can write in a candidate. So let's say you're in high school or in college, and you're still deciding, you know, how does the American political system really work? I would recommend, and this is what I used to do back when I was in high school, I landed myself an internship with a congressman, and that really gave me a huge exposure. I was able to learn about the American system, how it works. I was able to better participate, and I would say that I'm a better American having the opportunity to serve with a congressman. And also, there's so many other opportunities at the local level, whether it's your municipal government, whether it's your county supervisors, whether it's your state representative, your state senators, your governor. You know, you can go online, you can go to google.com, and then you can search, who's my governor, who's my congressman, and then you can type in your address, and they will give you their information. You could email them. A lot of them are on social media these days. They're on Twitter, they're on Instagram, they are on Facebook. You could go try to get in touch with them via that, or you could just write them an email or call them. But make sure you do participate in the political system. And it is really important that six Punjabis, being immigrants and being minority in this country, we need to make sure our lawmakers hear from us. Because let's say if you belong to the majority, you know, even if you don't go, there are other people who will carry your burden. But when you belong to the minority, and I say this all the time, that every Sikh represents the entire community, because when you're a turban-wearing person, whether male or female, the responsibility is on you, the onus is on you to prove that you stand for your community, and we do love America, and that we will stand up for what we believe is right. We will support the Constitution, and that's why, and this is all a part of that. This is part of the package. And that is to go out and vote and be politically vocal and be politically active. So youth de agge te meri ehi hai arz hai ke jaan te participate karan internships lain volunteer karo kyunki election year hai aur oh vi inna nu vi load hundi hai volunteers di so they are more likely to listen to you and what you have to say. Ide naal ik ho cheez hai ਕਿਉਂਕਿ ਬੈਲਟ ਦੇ ਉੱਤੇ ਹੋਰ ਬੜੇ ਕੁਐਸਚਨ ਹੁੰਦੇ ਤੁਹਾਡੇ ਲੋਕਲ ਬਹੁਤ ਕੁਐਸਚਨ ਹੁੰਦੇ ਨੇ ਜੀ ਦੇਰ ਇਜ਼ ਸਕੂਲਿੰਗ ਦਾ ਹਾਂਜੀ ਜ਼ੋਨਿੰਗ ਦਾ ਦੇਰ ਆਰ ਸੋ ਮੈਨੀ ਥਿੰਗਸ ਦੈਟ ਇਫੈਕਟ ਯੂ ਰਾਈਟ ਦੇਰ ਐਂਡ ਦੈਨ ਇਨ ਯੂਰ ਰੈਫਰੈਂਡਮ ਕੁਐਸਚਨਸ ਹਾਂ ਉਹ ਉਹਨਾਂ ਦਾ ਵੀ ਜ਼ਰੂਰੀ ਹੋਣਾ ਚਾਹੀਦਾ ਔਰ ਮੈਂ ਆਪਣੇ ਜਿੰਨੇ ਸਾਡੇ ਗੁਰਦੁਆਰੇ ਨੇ ਜਾਂ ਧਾਰਮਿਕ ਸਥਾਨ ਨੇ ਮੰਦਰਸ ਨੇ ਸਾਡੇ ਮਸਜਿਦਾਂ ਨੇ ਨੋ ਡਾਊਟ ਕਿ ਉੱਥੇ ਤੁਸੀਂ ਪੋਲੀਟਿਕਸ ਨਹੀਂ ਡਿਸਕਸ ਕਰ ਸਕਦੇ ਤੁਸੀਂ ਸਟੇਜ ਤੋਂ ਨਹੀਂ ਕਰ ਸਕਦੇ ਪਰ ਤੁਸੀਂ ਇੱਕ ਹਾਲ 'ਚ ਬਹਿ ਕੇ ਕਮਿਊਨਿਟੀ ਦੇ ਨਾਲ ਆਮ ਇੱਕ ਓਪਨ ਡਿਸਕਸ਼ਨ ਤਾਂ ਕਰ ਸਕਦੇ ਹੋ ਆਈ ਐਮ ਸ਼ੋਰ ਦੈਟ ਇਜ਼ ਲੀਗਲ ਬਿਕਸ ਯੂ ਨੀਡ ਟੂ ਐਜੂਕੇਟ ਦੈਮ ਵੀ ਨੀਡ ਟੂ ਐਜੂਕੇਟ ਸਰਟਨ ਪੋਲੀਟੀਕਲ ਪਾਰਟੀ ਜਾਂ ਪੋਲੀਟੀਕਲ ਕੈਂਡੀਡੇਟ ਨੂੰ ਐਂਡੋਰਸ ਨਹੀਂ ਕਰ ਸਕਦੇ ਰਾਈਟ ਬਟ ਯੂ ਕੈਨ ਆਸਕ ਪੀਪਲ ਟੂ ਪਾਰਟਿਸਿਪੇਟ ਇਨ ਦ ਪੋਲੀਟੀਕਲ ਸਿਸਟਮ ਸੋ ਰਾਈਟ ਦੇਅਰ ਅਸੀਂ ਕਿਉਂ ਨਹੀਂ ਕਰਦੇ ਅਸੀਂ ਇਸ ਕਰਕੇ ਨਹੀਂ ਕਰਦੇ ਕਿ ਸਾਨੂੰ ਸ਼ਰਮ ਆਉਂਦੀ ਹੈ ਕਿ ਮੈਨੂੰ ਘੱਟ ਪਤਾ ਹੈ ਜਾਂ ਮੈਨੂੰ ਅੱਜ ਕੋਈ ਸਿਖਾ ਰਿਹਾ ਵੈਲ ਯੂ ਨੋ ਨੋਬਡੀ ਇਜ਼ ਪਰਫੈਕਟ Right. You know, nobody is master of all trades. And it's never too late to learn new stuff. Exactly. Especially this is your country. So I think, ਇਹ ਵੀ ਆਪਾਂ ਲੋਕਲ ਲੈਵਲ 'ਤੇ ਕੋਸ਼ਿਸ਼ ਕਰੀਏ ਕਿ ਜੇ ਇਹ
ਛੋਟੇ ਛੋਟੇ ਗੈਟ ਟੂਗੈਦਰਸ ਕਰਕੇ ਐਜੂਕੇਟ ਕੀਤਾ ਜਾਵੇ ਆਪਣੀ ਕਮਿਊਨਿਟੀ ਨੂੰ ਐਂਡ ਵੀ ਸਟਿਲ ਹੈਵ ਦੈਟ ਟਾਈਮ ਵੀ ਗਾਟ ਫਿਊ ਮੰਥਸ ਐਬਸੋਲੂਟਲੀ ਵੀ ਡੂ ਹੈਵ ਟਾਈਮ ਲੈਫਟ ਐਗਜ਼ੈਕਟਲੀ ਸੋ ਸਪੈਸ਼ਲੀ ਜਿਹੜੀਆਂ ਟੌਸ ਅਪ ਇਲੈਕਸ਼ਨਸ ਨੇ ਨਾ ਉੱਥੇ ਮੇਰੇ ਖਿਆਲ ਨਾਲ ਸਿੱਖਾਂ ਦੇ ਲਈ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੈ ਕਿ ਜਿੱਥੇ ਚਾਂਸ 50-50 ਹੈ ਹੁਣ ਪਤਾ ਹੈ ਕਿ ਕਿਤੇ 60-40 ਹੈ ਜਾਂ 70-30 ਹੈ ਕਿ ਜੀ ਮੈਂ ਤਾਂ ਇਸ ਇਹਨਾਂ ਨੂੰ ਸਪੋਰਟ ਕਰਨਾ ਚਾਹੁੰਦਾ ਬਟ ਪਤਾ ਤਾਂ ਹੈਗਾ ਉਹਨਾਂ ਜਿੱਤਣਾ ਨਹੀਂ ਸੋ ਜਿਹੜੇ ਇੱਥੇ ਪੂਰਾ 50-50 ਚਾਂਸ ਹੈ ਜਿੱਥੇ ਕਹਿ ਲਓ ਕਿ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਔਰ ਉੱਥੇ ਜਾ ਕੇ ਜਿਹੜੇ ਕਿਸੇ ਕੈਂਡੀਡੇਟ ਨਾਲ ਤੁਸੀਂ ਖੜ ਜਾਂਦੇ ਹੋ ਉਹ ਯਾਦ ਰੱਖਣਗੇ ਤੁਹਾਨੂੰ ਫਿਰ ਅਗਲੇ ਜੇ ਸੈਨੇਟਰ ਹੈ ਅਗਲੇ 6 ਸਾਲ ਲਈ ਜਾਂ ਜੇ ਮਤਲਬ ਗਵਰਨਰ ਹੈ ਕਿਤੇ 4 ਸਾਲ ਦੀ ਟਰਮ ਹੈ ਕਿਤੇ 5 ਸਾਲ ਦੀ ਟਰਮ ਹੈ ਤੇ ਉਹ ਤੁਹਾਨੂੰ ਯਾਦ ਰੱਖਣਗੇ ਔਰ ਉਹਦੇ ਨਾਲ ਸਾਡੀ ਕਮਿਊਨਿਟੀਜ਼ ਨੂੰ ਜਦੋਂ ਵੀ ਕੋਈ ਪ੍ਰੋਬਲਮ ਆਏਗੀ ਉਹ ਮਤਲਬ ਕੰਨ ਕਰਕੇ ਸਾਡੀ ਗੱਲ ਸੁਣਨਗੇ ਪਰਫੈਕਟ ਐਗਜ਼ਾਮਪਲ ਜਿਹੜਾ ਹੈ ਉਹ ਇਹ ਹੈ ਕਿ ਮੈਨੂੰ ਨਾ ਲੈਣਾ ਪੈਂਦਾ ਸਤਾਰ ਮਹਿਤਾਬ ਸਿੰਘ ਕਾਲਾ ਹੁਣ ਦਾ ਹਾਂਜੀ ਉਹਨਾਂ ਨੇ ਮੈਨੈਸਿਸ ਪਾਰਕ ਦੇ ਵਿੱਚ ਇਲੈਕਸ਼ਨ ਲੜੀ ਠੀਕ ਹੈ ਜੀ ਸਿਟੀ ਕਾਉਂਸਲ ਦੀ ਇਲੈਕਸ਼ਨ ਸਿਟੀ ਕਾਉਂਸਲ ਦੀ ਲੜੀ ਦੋ ਤਿੰਨ ਵੋਟਾਂ ਤੇ ਉਹ ਰਹਿ ਗਏ ਹਾਂਜੀ ਕਿਉਂਕਿ ਲੜੀ ਉਹਨਾਂ ਨੇ ਉਹਨੂੰ ਪਲੈਨਿੰਗ ਐਂਡ ਜ਼ੋਨਿੰਗ ਵਾਲੇ ਬੋਰਡ ਦੇ ਉੱਤੇ ਐਜ਼ ਏ ਮੈਂਬਰ ਲੈ ਲਿਆ ਠੀਕ ਹੈ ਸੋ ਅਗਰ ਉਹ ਨਿਕਲੇ ਤਾਂ ਉਹਨਾਂ ਨੇ ਫੀਲ ਕੀਤਾ ਕਿ ਯੈਸ ਵੀ ਨੀਡ ਹਿਮ ਔਨ ਦਾ ਬੋਰਡ ਐਟਲੀਸਟ ਹੀ ਇਜ਼ ਇੰਟਰਸਟਡ ਸੋ ਹੌਲੀ ਹੌਲੀ ਜਿਹੜੀ ਇਹ ਪੌੜੀਆਂ ਆਪਾਂ ਅੱਗੇ ਚੜ੍ਹਾਂਗੇ ਤਾਂ ਹੀ ਉਹ ਅੱਗੇ ਪਹੁੰਚਾਂਗੇ ਸੋ ਗੱਲ ਜਾਰੀ ਰੱਖਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਵਾਰੀ ਫਿਰ ਲੈ ਲਈਏ ਛੋਟਾ ਜਿਹਾ ਬ੍ਰੇਕ मिले दिल मेरा दर्द करारा कि मैं अपने बाप का बदला लेने के लिए आया हूँ नहीं नहीं मैं नहीं दूंगा लोग बदला ले जाते बाप को वापस नहीं करते ਵੈਲਕਮ ਬੈਕ ਟੂ ਦ ਸ਼ੋਅ ਵੀਅਰਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਇੱਕ ਤੋਂ ਫਿਰ ਸ਼ੋਅ ਦੇ ਵਿੱਚ ਵੀਅਰਸ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਗੱਲ ਜਾਰੀ ਕਰਦੇ ਹਾਂ ਇਲੈਕਸ਼ਨ 2018 ਸਾਲ 2018 ਦੀ ਇਲੈਕਸ਼ਨ ਚੋਣਾਂ ਦਾ ਸੋ ਮੀਡੀਆ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਇਲੈਕਸ਼ਨਸ ਦੇ ਵਿੱਚ ਪੋਲੀਟੀਕਲ ਸਿਸਟਮ ਅੱਜ ਕੱਲ੍ਹ ਜਿਹੜਾ ਗਲੋਬਲ ਕਿਸੇ ਵੀ ਕੰਟਰੀ ਦੇ ਵਿੱਚ ਹੈ ਉੱਥੇ ਮੀਡੀਆ ਦਾ ਰੋਲ ਕਾਫੀ ਅਹਿਮ ਹੈ ਔਰ ਇਸ ਦੇ ਨਾਲ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਬੀਇੰਗ ਓਨਰ ਆਫ ਮਾਈ ਟੀਵੀ ਹਾਊ ਇਜ਼ ਮਾਈ ਟੀਵੀ ਪਲੇਇੰਗ ਅ ਰੋਲ ਇਨ ਦ ਬੀਇੰਗ ਦੀ ਓਨਲੀ ਪੰਜਾਬੀ ਚੈਨਲ ਬੇਸਡ ਆਊਟ ਆਫ ਦ ਕੈਪੀਟਲ ਏਰੀਆ ਹਾਊ ਆਰ ਯੂ ਗੋਇੰਗ ਟੂ ਹੈਲਪ ਆਰ ਵੋਟਰਸ ਬੀ ਐਕਟਿਵਲੀ ਪਾਰਟਿਸਿਪੇਟਿੰਗ ਇਨ ਦੀ ਦਿਸ ਇਲੈਕਸ਼ਨ ਸਾਈਕਲ ਲੈਟ ਮੀ ਐਡ ਟੂ ਵਾਟ ਯੂ ਜਸਟ ਸੈਡ ਇਟਸ ਨਾਟ ਦੀ ਓਨਲੀ ਪੰਜਾਬੀ ਇਟਸ ਦੀ ਓਨਲੀ ਦੇਸੀ Okay. TV channel that we have. It's important for our viewers to know ke jo assi itthe khada kita ji it's hard for us to show you through the lens. Assi inauguration te show kita si ke assi ki kita hai. Haan ji. Par jehde visit karde ne they got a shock. Aaj hi apne dost aaye si ke show karke gaye ne. Oh kehnde ke main hairan hai ke tusi inna kuch taiyar kari baithe ho. Haan ji. So number one the platform is here. ਠੀਕ ਹੈ ਉਹ ਅਸੀਂ ਪ੍ਰੋਵਾਈਡ ਕਰਤਾ ਮਾਈ ਟੀਵੀ ਇਜ ਦੇਅਰ ਟੀਵੀ ਸੈਕਿੰਡ ਕੋਈ ਵੀ ਆ ਸਕਦਾ ਠੀਕ ਹੈ ਆ ਕੇ ਆਪਣੇ ਵਿਊਜ਼
ਇੱਥੇ ਰੱਖ ਸਕਦਾ ਹੈ। ਮਾਈ ਟੀ ਵੀ ਦਾ ਜਿਹੜਾ ਨੈਕਸਟ ਸਟੈਪ ਹੈ ਉਹ ਇਹ ਹੈ ਕਿ ਅਸੀਂ ਆਪਣੇ ਕਮਿਊਨਿਟੀ ਦੇ ਅਲੱਗ ਅਲੱਗ ਪਾਰਟੀਜ਼ ਦੇ ਜਿਹੜੇ ਰੈਪ੍ਰਜੈਂਟੇਟਿਵਸ ਨੇ ਜਾਂ ਵਿਊਜ਼ ਰੱਖਦੇ ਨੇ ਉਹਨਾਂ ਨੂੰ ਲੈ ਕੇ ਆਉਣਾ, ਉਹਨਾਂ ਦੀ ਆਪਸ ਡਿਸਕਸ਼ਨ ਕਰਾਉਣੀ ਹੈ। ਦ ਕੈਂਡੀਡੇਟਸ ਆਰ ਗੋਇੰਗ ਟੂ ਬੀ ਅਪ ਫੋਰ ਰੀਇਲੈਕਸ਼ਨ ਔਰ ਇਲੈਕਸ਼ਨ ਪਾਰਟੀਸਪੇਟ ਜੇ ਕਰ ਰਹੇ ਨੇ, ਉਹਨਾਂ ਨੂੰ ਲਿਆ ਕੇ ਉਹਨਾਂ ਨਾਲ ਡਿਬੇਟ ਕਰਨੇ ਨੇ, ਉਹਨਾਂ ਦੇ ਨਾਲ ਅਸੀਂ ਇੰਟਰਵਿਊਜ਼ ਕਰਨੀਆਂ ਨੇ, ਸੋ ਔਰ ਵਿਊਜ਼ ਹੈਵ ਅ ਬੈਟਰ ਪਰਸਪੈਕਟਿਵ ਕਿ ਕਿੱਥੇ ਖੜੇ ਨੇ, ਠੀਕ ਹੈ ਕਿਹਨੂੰ ਵੋਟ ਪਾਉਣੀ ਆ। ਸੋ ਇਹ ਸਾਡਾ ਜਿਹੜਾ ਇੱਥੇ ਦਾ ਉਪਰਾਲਾ, ਉਹਦੇ ਨਾਲ ਸਾਡਾ ਇੱਕ ਹੋਰ ਏਜੰਡਾ ਸਿਰ 'ਤੇ ਆ ਕੇ ਖੜਾ, ਉਹ ਹੈਗੀ 2019 ਦੀ ਇੰਡੀਆ ਦੀ ਜਿਹੜੀ ਪਾਰਲੀਮੈਂਟਰੀ ਇਲੈਕਸ਼ਨ ਹੈ ਉਹ ਵੀ ਸਿਰ 'ਤੇ ਆ ਖੜੀ ਹੈ ਪਵਨ ਜੀ, ਠੀਕ ਹੈ। ਸੋ ਸਾਨੂੰ ਨਾਲ ਉਹ ਵੀ ਥੋੜ੍ਹਾ ਪੈਰਲ ਜਿਹੜਾ ਚੱਲਣਾ ਪੈਗਾ ਕਿਉਂਕਿ ਉੱਥੇ ਵੀ ਸਾਡੀਆਂ ਤਾਰਾਂ ਜੁੜੀਆਂ ਹੋਈਆਂ ਨੇ। ਹਾਂਜੀ, ਸੋ ਐਨ ਆਰ ਆਈਜ਼ ਨੂੰ ਤੁਸੀਂ ਕੀ ਦੇਣ ਦੇ ਸਕਦੇ ਹੋ ਬੀਂਗ ਓਨਰ ਆਫ ਮਾਈ ਟੀ ਵੀ? ਮਾਈ ਟੀ ਵੀ ਕਿਹੋ ਜਿਹੇ ਪ੍ਰੋਗਰਾਮ ਲੈ ਕੇ ਆਵੇ ਕਿ 2019 ਦੀ ਜਿਹੜੀ ਕਵਰੇਜ ਹੈ ਜੋ ਉੱਥੇ ਹੋ ਰਿਹਾ, ਕਿਉਂਕਿ ਹਰ ਪੰਜਾਬੀ ਦੇ ਦਿਲ ਦੀ ਧੜਕਣ ਜਿਹੜੀ ਹੈ ਜੋ ਤਾਰ ਹੈ ਉਹ ਪੰਜਾਬ ਦੇ ਨਾਲ ਜੁੜੀ ਹੋਈ ਹੈ। ਸੋ ਤੁਸੀਂ ਕੀ ਵਿਊਰਸ ਨੂੰ ਪ੍ਰੈਜੈਂਟ ਕਰੋਗੇ? ਵਿਊਜ਼ ਨੂੰ ਅਸੀਂ ਪ੍ਰੈਜੈਂਟ ਕਰਾਂਗੇ ਉੱਥੋਂ ਆਮ ਲੋਕਾਂ ਦੇ ਵਿਊਜ਼, ਠੀਕ ਇੰਡੀਪੈਂਡੈਂਟ ਜਿਹੜਾ ਬੰਦਾ ਸਾਨੂੰ ਦੇਗਾ ਜੀ ਵੀ ਹਰੇਕ ਕੌਂਸਟੀਟਿਊਸ਼ਨ ਦੇ ਵਿੱਚ ਗਰਾਊਂਡ ਲੈਵਲ 'ਤੇ ਕੀ ਹਾਲਾਤ ਨੇ। ਸੋਸ਼ਲ ਮੀਡੀਆ ਨਹੀਂ, ਆਪਾਂ ਸੋਸ਼ਲ ਮੀਡੀਆ ਪਹਿਲਾਂ ਪਿਛਲੇ ਪੰਜਾਬ ਦੀ ਵਿਧਾਨ ਸਭਾ 'ਚ ਦੇਖ ਚੁੱਕੇ ਹਾਂ ਕਿ 117 'ਚ 117 ਸੀਟਾਂ ਆਪਾਂ ਆਲਮੋਸਟ ਕਈਆਂ ਨੇ ਜ਼ਿਆਦਾਤਰ ਬੰਦਿਆਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਸੀ। ਜਦੋਂ ਰਿਐਲਿਟੀ ਹੋਈ ਤਾਂ ਵਿਚਾਰੇ ਵੀਕ ਦੇ ਰਹਿ ਕੇ ਖੜ ਕੇ। ਸੋ ਜਿਹੜੀ ਰਿਐਲਿਟੀ ਹੈ ਅਸੀਂ ਫੇਅਰਨੈਸ ਦਿਖਾਵਾਂਗੇ ਸਾਰਿਆਂ ਨੂੰ। ਹਾਂਜੀ, ਵੀ ਵਿਲ ਨਾਟ, ਸਾਡੇ ਪੋਲੀਟੀਕਲ ਵਿਊਜ਼ ਵਿਲ ਨਾਟ ਇੰਟਰਫੇਅਰ ਇਨ ਆਰ ਰਿਪੋਰਟਿੰਗ, ਦੈਟ ਇਜ਼ ਪਰਸਨਲ ਵਿਊਜ਼ ਜਿਹੜੇ ਤੁਹਾਡੇ ਨੇ, ਟੀਵੀ ਦੇ ਵਿਊਜ਼ ਨਹੀਂ ਹੋਣਗੇ। ਉਹ ਸਾਡੇ ਵਿਊਜ਼ ਨਹੀਂ ਹੋਣਗੇ, ਅਸੀਂ ਲੋਕਾਂ ਦੇ ਵਿਊਜ਼ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਆਈ ਥਿੰਕ ਦੈਟ ਇਜ਼ ਵਾਟ ਦ ਵਿਊਜ਼ ਲੁੱਕ ਫੋਰ ਜੀ, ਕਿ ਉੱਥੇ ਰਿਐਲਿਟੀ 'ਚ ਕੀ ਹੋ ਰਿਹਾ। ਇਹੀ ਅਸੀਂ ਇੱਥੇ ਇੰਡੀਪੈਂਡੈਂਟ ਜਿਹੜਾ ਮੀਡੀਆ ਪਲੇਟਫਾਰਮ ਦੇਣਾ ਚਾਹੁੰਦੇ ਉਹੀ ਅਸੀਂ ਇੱਥੇ ਕਰਾਂਗੇ। ਅਸੀਂ ਸ਼ੁਰੂ ਕੀਤਾ, ਸਭ ਤੋਂ ਬਹੁਤ ਬਹੁਤ ਵੱਡੇ ਟੀਵੀ ਚੈਨਲ ਪਏ ਨੇ ਜਿਹਨਾਂ ਦੇ ਉੱਤੇ ਵੱਡੇ ਡਿਬੇਟ ਹੁੰਦੇ ਨੇ, ਇੱਕ ਦੂਜੇ ਨੂੰ ਕੱਟ ਕੀਤਾ ਜਾਂਦਾ, ਇੱਕ ਦੂਜੇ ਨੂੰ ਇਨਸਲਟ ਕੀਤਾ ਜਾਂਦਾ, ਯੈਲਿੰਗ ਐਂਡ ਸਕਰੀਮਿੰਗ ਹੁੰਦੀ ਹੈ। ਵੀ ਡੂ ਨਾਟ ਬਲੀਵ ਇਨ ਦੈਟ, ਵੀ ਬਲੀਵ ਇਨ ਪ੍ਰੋਪਰ ਡਿਸਕਸ਼ਨ ਐਂਡ ਸ਼ੇਅਰਿੰਗ ਦ ਨੌਲੇਜ ਜੀ, ਦੈਟ ਇਜ਼ ਆਰ ਗੋਇੰ ਟੂ ਬੀ ਆਰ ਸਟਰੈਂਥ। ਸੋ ਡਾਊਟ ਡਿਸਕੋਰਸ ਜਿਹੜਾ ਸਿਵਲਾਈਜ਼ਡ ਵੇ ਆ ਡਿਬੇਟ ਕਰਨ ਦਾ ਉਹ ਤੁਹਾਨੂੰ ਮਾਈ ਟੀ ਵੀ 'ਤੇ ਦੇਖਣ ਨੂੰ ਮਿਲੇਗਾ। ਔਰ ਇਸ ਦੇ ਨਾਲ ਹੀ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿਵੇਂ ਇੱਥੋਂ ਦੀ ਇਲੈਕਸ਼ਨ ਦੇ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਜਿਵੇਂ ਇਮੀਗ੍ਰੇਸ਼ਨ ਹੈ, ਉਸ ਤੋਂ ਇਲਾਵਾ ਮਤਲਬ ਸਿਕਿਉਰਿਟੀ ਸੀਲਿੰਗ ਦਾ ਬੋਰਡਰਸ ਹੈ, ਉਹਨਾਂ ਚੀਜ਼ਾਂ ਦੇ ਬਾਰੇ ਤੁਸੀਂ ਕੋਈ ਪ੍ਰੋਗਰਾਮ ਐਸੇ ਪੇਸ਼ ਕਰਨ ਜਾ ਰਹੇ ਹੋ ਜਾਂ ਜਿਹੜੀ ਸਾਡੀ ਕਮਿਊਨਿਟੀ ਦੇ ਸਿਰ ਕੱਢ ਬੰਦੇ ਨੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਜਾਂ ਰਿਪਬਲਿਕਨ ਪਾਰਟੀ ਦੇ ਨਾਲ ਐਸੋਸੀਏਟਡ ਨੇ, ਉਹਨਾਂ ਨੂੰ ਤੁਸੀਂ ਲਿਆ ਕੇ ਇੱਥੇ ਅਤੇ ਸਾਨੂੰ ਉਹਨਾਂ ਵਿਊਰਸ ਨੂੰ ਸਾਡਿਆਂ ਨੂੰ ਉਹਨਾਂ ਇਸ਼ੂਜ਼ 'ਤੇ ਚਾਨਣਾ ਪਾਓਗੇ ਜਾਂ ਕੀ ਪਲਾਨ ਹੈ ਤੁਹਾਡਾ? ਯੂ ਵਿਲ ਬੀ ਸ਼ੌਕਡ, ਇਟ ਕੁਡ ਸਟਾਰਟ ਐਜ਼ ਸੂਨ ਐਜ਼ ਅ ਵੀਕ ਫਰੋਮ ਟੂਡੇ। ਠੀਕ ਹੈ ਜੀ, ਆਲਰੇਡੀ ਸਾਡੀ ਗੱਲਬਾਤ ਆਪਣੀ ਕਮਿਊਨਿਟੀ ਦੇ ਕਈ ਲੀਡਰਸ ਨਾਲ ਹੋ ਚੁੱਕੀ ਹੈ। ਹਾਂਜੀ, ਐਂਡ ਉਹਨਾਂ ਨੂੰ ਅਸੀਂ ਇਹ ਉਹਨਾਂ ਨਾਲ ਮੈਸੇਜ ਸ਼ੇਅਰ ਕਰ ਚੁੱਕੇ ਹਾਂ ਕਿ ਦੇ ਸ਼ੁੱਡ ਬੀ ਰੈਡੀ ਕਿ ਅਸੀਂ ਇੱਕ ਹਫ਼ਤੇ ਤੱਕ ਇਹ ਜਿਹੜਾ ਉਪਰਾਲਾ ਸ਼ੁਰੂ ਕਰ ਸਕਦੇ, ਬਿਕੋਜ਼ ਵੀ ਫੀਲ ਦ ਸੂਨਰ ਦ ਬੈਟਰ ਫੋਰ ਐਵਰੀਬਾਡੀ। ਹਾਂਜੀ, ਸੋ ਇਹ ਆਪਾਂ ਸ਼ੁਰੂ ਆਪਣੀ ਕਮਿਊਨਿਟੀ ਤੋਂ ਸ਼ੁਰੂ ਕਰਕੇ ਦੈਨ ਵੀ ਗੋ ਟੂ ਦ ਕੈਂਡੀਡੇਟਸ। ਠੀਕ ਹੈ, ਬਿਕੋਜ਼ ਵੀ ਫੀਲ ਔਰ ਪੀਪਲ ਨੀਡ ਟੂ ਨੋ ਕਿ ਕੀ ਹੋ ਰਿਹਾ। ਹਾਂਜੀ, ਸਭ ਤੋਂ ਵੱਡੀ ਗੱਲ ਇਹ ਹੈ। ਚਲੋ ਜੀ, ਇਸ ਦੇ ਨਾਲ ਹੀ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਫਿਨਿਸ਼ ਕਰਦੇ ਹਾਂ। ਔਰ ਆਉਣ ਵਾਲੀ ਇਲੈਕਸ਼ਨ ਜਿਹੜੀ 2018 ਦੀ ਅਮਰੀਕਾ ਦੇ ਵਿੱਚ ਅਤੇ 2019 ਦੀ ਇੰਡੀਆ ਦੇ ਵਿੱਚ, ਉਸ ਦੇ ਲਈ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਜਾਣਕਾਰੀ ਦਿੰਦੇ ਰਹਾਂਗੇ। ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।